ਅੱਜ ਮੈਂ ਤੁਹਾਨੂੰ ਇਹੋ ਜਿਹੇ 20 ਤਰ੍ਹਾਂ ਦੇ ਲੋਕ ਦੱਸੂੰਗਾ ਜਿਨ੍ਹਾਂ ਵਿੱਚ ਵੱਖ-ਵੱਖ ਤਰ੍ਹਾਂ ਦੀ ਜ਼ਹਿਰ ਭਰੀ ਹੁੰਦੀ ਹੈ ਅਤੇ ਆਪਾਂ ਇਹਨਾਂ ਤੋਂ ਦੂਰ ਰਹਿਣਾ। ਜਿਨ੍ਹਾਂ ਵਿੱਚ ਕਮੀਆਂ ਨੇ ਉਹਨਾਂ ਤੋਂ ਤੁਸੀਂ ਦੂਰੀ ਬਣਾ ਲੈਣੀ ਹੈ, ਤੁਹਾਡਾ ਫਾਇਦਾ ਬਹੁਤ ਹੋਵੇਗਾ। ਤਾਂ ਆਓ ਆਪਾਂ ਜਾਣਦੇ ਹਾਂ ਉਹ 20 ਤਰ੍ਹਾਂ ਦੇ ਕਿਹੜੇ ਲੋਕ ਆ ਜਿਨ੍ਹਾਂ ਤੋਂ ਸਾਨੂੰ ਸਦਾ ਦੂਰੀ ਬਣਾ ਕੇ ਰੱਖਣੀ ਚਾਹੀਦੀ ਆ। ਸਭ ਤੋਂ ਪਹਿਲੀ ਤਰ੍ਹਾਂ ਦੇ ਲੋਕ ਜਿਹੜੇ ਕਿ ਸਾਡੀ ਬਹੁਤ ਪ੍ਰਸ਼ੰਸਾ ਕਰਦੇ ਆ, ਇਹਨਾਂ ਤੋਂ ਸਦਾ ਦੂਰ ਰਹੋ। ਐਵੇਂ ਝੂਠੀ ਖੁਸ਼ਾਮਦ ਕਰੀ ਜਾਣੀ, ਤੁਸੀਂ ਬਹੁਤ ਚੰਗੇ ਹੋ ਜੀ, ਇਹ ਤਾਂ ਕਰਦੇ ਹੁੰਦੇ ਆ ਵੀ ਸਾਡੇ ਕੋਲ ਕੋਈ ਇਹੋ ਜਿਹੀ ਚੀਜ਼ ਹੁੰਦੀ ਆ ਜਿਨ੍ਹਾਂ ਤੋਂ ਉਹਨਾਂ ਨੂੰ ਲਾਭ ਹੋ ਰਿਹਾ ਹੁੰਦਾ। ਆਪਾਂ ਨੂੰ ਕੀ ਹੁੰਦਾ, ਆਪਾਂ ਸੋਭਾ ਸੁਣ ਕੇ ਫੁੱਲ ਜਾਂਦੇ ਹਾਂ। ਸਤਿਗੁਰੂ ਮਹਾਰਾਜ ਜੀ ਕਹਿੰਦੇ ਆ ਵੀ ਇਸ ਤਰ੍ਹਾਂ ਨਹੀਂ ਕਰਨਾ, ਵੀ ਤੁਹਾਡੀ ਕੋਈ ਵਡਿਆਈ ਕਰਦਾ ਤੁਸੀਂ ਸੁਣ ਕੇ ਖੁਸ਼ ਨਹੀਂ ਹੋਣਾ, ਕਿਉਂਕਿ ਕੱਲ੍ਹ ਨੂੰ ਆ ਕੇ ਨਿੰਦਿਆ ਕਰੂਗਾ ਅਤੇ ਤੁਸੀਂ ਦੁਖੀ ਹੋ ਜਾਓਗੇ। ਤਾਂ ਬਹੁਤ ਹੀ ਸੋਭਾ ਕਰਨ ਵਾਲੇ ਬੰਦੇ, ਇਹਨਾਂ ਤੋਂ ਬਚ ਕੇ ਰਿਹੋ। ਕਈ ਵਾਰੀ ਆਪਾਂ ਕਹਿੰਦੇ ਹਾਂ ਨਾ ਵੀ ਝੂਠੀ ਸੋਭਾ ਜਿਹੜੀ ਆ ਉਹਦੇ ਕਰਕੇ ਆਪਾਂ ਇਹੋ ਜਿਹਾ ਕੰਮ ਕਰ ਬਹਿੰਦੇ ਹਾਂ ਕਿ ਸਾਰੀ ਜ਼ਿੰਦਗੀ ਮੁੜ ਕੇ ਆਪਾਂ ਨੂੰ ਅਫਸੋਸ ਰਹਿੰਦਾ। ਤਾਂ ਇਹ ਗੱਲ ਚੇਤੇ ਰੱਖਿਓ, ਜਿਹੜੇ ਗੱਲ ਗੱਲ 'ਤੇ ਤੁਹਾਡੀ ਸੋਭਾ ਕਰਦੇ ਇਹਨਾਂ ਤੋਂ ਦੂਰੀ ਬਣਾ ਕੇ ਰੱਖਣੀ ਆ। ਦੂਜੀ ਤਰ੍ਹਾਂ ਦੇ ਲੋਕ ਉਹ ਜਿਹੜੇ ਕਿ ਸਵਾਰਥੀ ਹੁੰਦੇ ਆ, ਜਿਹੜੇ ਸਿਰਫ ਆਪਣੇ ਬਾਰੇ ਹੀ ਸੋਚਦੇ ਆ ਕਿ ਆਪਣਾ ਭਲਾ ਕਿਵੇਂ ਕਰਨਾ, ਆਪਣੇ ਬਾਰੇ ਸੋਚਦੇ ਆ ਦੂਜਿਆਂ ਬਾਰੇ ਨਹੀਂ ਸੋਚਦੇ, ਇਹਨਾਂ ਤੋਂ ਵੀ ਦੂਰੀ ਬਣਾ ਕੇ ਰੱਖਣੀ ਆ। ਕਿਉਂਕਿ ਸਵਾਰਥੀ ਲੋਕ ਜਿਹੜੇ ਹੁੰਦੇ ਆ ਕਈ ਵਾਰੀ ਤੁਹਾਡਾ ਨੁਕਸਾਨ ਕਰ ਸਕਦੇ ਆ, ਆਉਣ ਵਾਲੇ ਸਮੇਂ ਵਿੱਚ ਤੁਹਾਡਾ ਭਵਿੱਖ ਖਰਾਬ ਕਰ ਸਕਦੇ ਆ, ਇਹਨਾਂ ਤੋਂ ਦੂਰੀ ਬਣਾ ਕੇ ਰੱਖਣੀ ਆ। ਅੱਗੇ ਹੁਣ ਤੀਜੀ ਤਰ੍ਹਾਂ ਦੇ ਲੋਕ ਉਹ ਕੌਣ ਆ ਜਿਹੜੇ ਝੂਠ ਬੋਲਦੇ ਆ। ਕਈ ਵਾਰੀ ਇਹੋ ਜਿਹੇ ਲੋਕ ਹੁੰਦੇ ਆ ਉਹ ਕਹਿ ਦਿੰਦੇ ਆ ਜੀ ਸਾਨੂੰ ਪੈਸੇ ਉਧਾਰ ਦੇ ਦਿਓ, ਅਸੀਂ ਤੁਹਾਨੂੰ ਕੱਲ੍ਹ ਨੂੰ ਹੀ ਵਾਪਸ ਕਰ ਦਾਂਗੇ। ਆਪਾਂ ਉਹਨਾਂ ਨੂੰ ਪੈਸੇ ਦੇ ਦਿੰਦੇ ਹਾਂ, ਫਿਰ ਤੁਹਾਨੂੰ ਪੈਸੇ ਮਿਲਦੇ ਹੀ ਨਹੀਂ ਹੈਗੇ, ਉਹ ਮੁੱਕਰ ਜਾਂਦੇ ਆ ਜਾਂ ਬਹਾਨੇ ਲਾਉਣ ਲੱਗ ਜਾਂਦੇ ਆ। ਇੱਦਾਂ ਦੇ ਜਿਹੜੇ ਝੂਠ, ਮੈਂ ਤਾਂ ਇੱਥੇ ਉਦਾਹਰਣ ਦਿੱਤੀ ਆ, ਬਹੁਤ ਤਰ੍ਹਾਂ ਦੇ ਲੋਕ ਆ ਵੀ ਕਈ ਤਰ੍ਹਾਂ ਦੇ ਝੂਠ ਹੁੰਦੇ ਆ। ਝੂਠ ਬੋਲਣ ਵਾਲਿਆਂ ਨਾਲ ਮਿੱਤਰਤਾ ਨਹੀਂ ਕਰਨੀ, ਇਹਨਾਂ ਤੋਂ ਦੂਰੀ ਬਣਾ ਕੇ ਰੱਖਣੀ ਆ, ਬਹੁਤ ਵੱਡਾ ਨੁਕਸਾਨ ਹੋ ਜੂਗਾ। ਇਸ ਕਰਕੇ ਤੁਹਾਨੂੰ ਜਦੋਂ ਪਤਾ ਲੱਗ ਗਿਆ ਨਾ ਵੀ ਆਹ ਬੰਦਾ ਝੂਠਾ, ਉਹ ਤਾਂ ਵਿਸਾਹ ਕਰਨਾ ਹੀ ਨਹੀਂ ਬਿਲਕੁਲ, ਤੁਸੀਂ ਦੂਰ ਹੋ ਜਾਓ ਉਹਦੇ ਨਾਲੋਂ। ਜਿੰਨਾ ਦੂਰ ਜਲਦੀ ਹੋ ਜਾਓਗੇ ਓਨਾ ਹੀ ਤੁਹਾਡੇ ਵਾਸਤੇ ਚੰਗਾ ਹੋਊਗਾ। ਅੱਗੇ ਹੁਣ ਚੌਥੀ ਤਰ੍ਹਾਂ ਦੇ ਲੋਕ ਜਿਹੜੇ ਕਿ ਤੁਹਾਡੇ ਰਾਜ, ਤੁਹਾਡੇ ਪਰਦੇ ਆ ਦੂਜਿਆਂ ਸਾਹਮਣੇ ਯਾਰ ਕਰਦੇ ਆ। ਤੁਸੀਂ ਭਰੋਸਾ ਕਰਕੇ ਕਿਸੇ ਨੂੰ ਕੋਈ ਗੱਲ ਦੱਸੀ ਆ ਵੀ ਅੱਗੇ ਨਾ ਕਰੀ, ਅਤੇ ਉਹਨੇ ਅੱਗੇ ਗੱਲ ਕਰਤੀ ਆ, ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਇਹ ਬੰਦਾ ਤੁਹਾਡੇ ਰਾਜ ਖੋਲਦਾ, ਉਦੋਂ ਪਿੱਛੇ ਹਟ ਜਾਓ। ਉਹਨੂੰ ਮਾੜਾ ਨਹੀਂ ਕਹਿਣਾ ਗਾ, ਇੱਥੇ ਮੈਂ ਕਹੂੰਗਾ ਵੀ ਤੁਸੀਂ ਆਪਣੀ ਜੀਭ, ਆਪਣੀ ਰਸਨਾ ਕਿਸੇ ਨੂੰ ਮਾੜਾ ਬੋਲ ਕੇ ਗੰਦੀ ਨਹੀਂ ਕਰਨੀ ਗੁਰਮੁਖ ਪਿਆਰਿਓ, ਸਗੋਂ ਪਿੱਛੇ ਹਟ ਜਾਣਾ, ਉਹਨੂੰ ਆਪ ਹੀ ਪਤਾ ਲੱਗ ਜੂਗਾ। ਅੱਜ ਕੱਲ੍ਹ ਲੋਕ ਜਿਹੜੇ ਆ ਨਾ ਉਹ ਕਿਸੇ ਦਾ ਰਾਜ, ਕਿਸੇ ਦੀ ਗੱਲ ਢਿੱਡ 'ਚ ਰੱਖ ਨਹੀਂ ਸਕਦੇ, ਲੋਕਾਂ ਵਿੱਚ ਸਹਿਣਸ਼ੀਲਤਾ ਹੈ ਨਹੀਂ। ਇਸ ਕਰਕੇ ਮੈਂ ਤਾਂ ਤੁਹਾਨੂੰ ਸਲਾਹ ਵੀ ਦਊਂਗਾ ਵੀ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਰਾਜ ਆਪ ਨਹੀਂ ਸੰਭਾਲ ਸਕਦੇ, ਦੂਜਾ ਕਿਵੇਂ ਸਾਂਭੜੂਗਾ। ਤਾਂ ਇਹਨਾਂ ਲੋਕਾਂ ਤੋਂ ਦੂਰ ਰਹਿਣਾ ਤੁਸੀਂ। ਇਹ ਚੌਥੀ ਕਿਸਮ ਦੇ ਲੋਕ ਆ, ਇਹ ਬਹੁਤ ਜ਼ਹਿਰੀਲੇ ਲੋਕ ਹੁੰਦੇ ਆ। ਇਹਨਾਂ ਦਾ ਡੰਗਿਆ ਬੰਦਾ ਕਦੇ ਫਿਰ ਬਾਅਦ ਵਿੱਚ ਮੁੜ ਕੇ ਪਾਣੀ ਵੀ ਨਹੀਂ ਮੰਗਦਾ, ਭਾਵ ਕਿ ਉਹਦੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ। ਅੱਗੇ ਪੰਜਵੀਂ ਕਿਸਮ ਦੇ ਲੋਕ ਜਿਹੜੇ ਆ ਉਹ ਆ ਜਿਹੜੇ ਗੱਲ ਗੱਲ 'ਤੇ ਗੁੱਸਾ ਕਰ ਜਾਂਦੇ ਆ। ਗੁੱਸਾ ਤਾਂ ਹੁਣ ਦੇਖੋ ਸਾਰਿਆਂ ਨੂੰ ਆਉਂਦਾ ਹੀ ਆ, ਪਰ ਕਈ ਹੁੰਦੇ ਆ ਨਿੱਕੀ ਜਿਹੀ ਗੱਲ 'ਤੇ ਰੁੱਸ ਜਾਂਦੇ ਆ, ਐਵੇਂ ਮੂੰਹ ਬਣਾ ਲੈਂਦੇ ਆ। ਅਤੇ ਇਹਨਾਂ ਦੇ ਨਾਲੋਂ ਤਾਂ ਬਿਹਤਰ ਇਹ ਆ ਵੀ ਤੁਸੀਂ ਪਿੱਛੇ ਹੀ ਹਟ ਜਾਓ। ਇਹਨਾਂ ਨਾਲ ਦੋਸਤੀ ਬਾਹਲੀ ਵਧੀਆ ਨਹੀਂ ਹੁੰਦੀ, ਮਿੱਤਰਤਾ ਉੱਚੇ ਪੱਧਰ ਦੀ ਨਹੀਂ ਹੋ ਸਕਦੀ। ਅਤੇ ਇਹ ਇਹੋ ਜਿਹੜੇ ਦੋਸਤ ਆ ਜੇ ਨਿੱਕੀ ਨਿੱਕੀ ਗੱਲ 'ਤੇ ਰੁੱਸ ਜਾਂਦੇ ਆ। ਦੇਖੋ ਦੋਸਤੀ ਵਿੱਚ ਗਿਲੇ ਸ਼ਿਕਵੇ ਹੁੰਦੇ ਆ, ਪਰ ਇਹ ਥੋੜ੍ਹੀ ਹੁੰਦਾ ਵੀ ਕੋਈ ਗੱਲ ਹੀ ਨਹੀਂ ਹੋਈ ਅਤੇ ਐਵੇਂ ਰੁੱਸ ਜਾਣਾ, ਐਵੇਂ ਕ੍ਰੋਧ ਕਰੀ ਜਾਣਾ, ਐਵੇਂ ਚੜਚੜਾਪਣ ਦਿਖਾਈ ਜਾਣਾ। ਇਹ ਚੀਜ਼ਾਂ ਜੇ ਕੋਈ ਕਰਦਾ ਉਹਦੇ ਨੂੰ ਪਿੱਛੇ ਹਟ ਜਾਓ, ਮਾੜਾ ਨਾ ਕਹੋ ਉਹਨੂੰ,
ਇਹ ਪੰਜਵੀਂ ਕਿਸਮ ਦੇ ਲੋਕ ਆ, ਇਹਨਾਂ ਤੋਂ ਵੀ ਬਚੋ। ਅੱਗੇ ਹੋਰ ਜਿਹਦੀ ਮੈਂ ਹੁਣ ਗੱਲ ਕਰਨੀ ਆ, ਛੇਵੀਂ ਕਿਸਮ ਦੇ ਲੋਕ, ਇਹਨਾਂ ਬਾਰੇ ਤਾਂ ਸਤਿਗੁਰੂ ਦੀ ਬਾਣੀ ਇਉਂ ਕਹਿੰਦੀ ਆ ਕਿ ਇਹ ਲੋਕ ਜਿਹੜੇ ਹੁੰਦੇ ਆ ਗਦਾਰ ਕਿਸਮ ਦੇ, ਧੋਖਾ ਦੇਣ ਵਾਲੇ, ਇਹਨਾਂ ਲੋਕਾਂ ਦਾ ਤਾਂ ਆਪਾਂ ਕਹਿ ਸਕਦੇ ਹਾਂ ਵੀ ਆਪਾਂ ਜਾਣਦੇ ਸਾਡੇ ਇਤਿਹਾਸ ਵਿੱਚ ਵੀ ਕਿੰਨੇ ਗਦਾਰ ਹੋਏ ਆ। ਸਿੱਖ ਕੌਮ ਨੂੰ ਗਦਾਰਾਂ ਨੇ ਮਾਰਿਆ। ਆਪਾਂ ਕਿਸੇ ਬੰਦੇ 'ਤੇ ਯਕੀਨ ਕਰਦੇ ਹਾਂ, ਭਰੋਸਾ ਕਰਦੇ ਹਾਂ ਵੀ ਇਹ ਮੇਰਾ ਵਾ, ਪਰ ਉਹ ਸਾਨੂੰ ਧੋਖਾ ਦੇ ਜਾਂਦਾ। ਧੋਖਾ ਦੇਣ ਵਾਲਿਆਂ ਤੋਂ ਸਦਾ ਬਚੋ। ਜਦੋਂ ਕਈ ਵਾਰ ਇਵੇਂ ਹੁੰਦਾ ਵੀ ਆਪਾਂ ਕਹਿੰਦੇ ਵੀ ਸਾਨੂੰ ਪਤਾ ਕਿਵੇਂ ਲੱਗੂਗਾ ਵੀ ਇਹਨੇ ਧੋਖਾ ਦਿੱਤਾ, ਅਤੇ ਤਾਂ ਹੀ ਪਤਾ ਲੱਗੂ ਇਹ ਧੋਖੇ ਦਿੰਦਾ। ਬੰਦੇ ਦੀ ਅੱਖ ਦੱਸ ਦਿੰਦੀ ਆ, ਬੰਦੇ ਦੀਆਂ ਗੱਲਾਂ ਦੱਸ ਦਿੰਦੀਆਂ, ਇਨਸਾਨ ਦੇ ਵਿਚਾਰ ਦੱਸ ਦਿੰਦੇ ਆ ਕਿ ਉਹ ਕਿਸ ਤਰ੍ਹਾਂ ਦਾ ਵਾ। ਹਰ ਬੰਦੇ ਦੀ ਬੋਲਬਾਣੀ ਉਹਦੀ ਦਿਮਾਗੀ ਤਸਵੀਰ ਹੁੰਦੀ ਆ। ਧੋਖਾ ਦੇਣ ਵਾਲੇ ਬੰਦੇ ਜਿਹੜੇ ਹੁੰਦੇ ਆ, ਉਹ ਤੁਹਾਡੇ ਤੋਂ ਤੁਹਾਡੀਆਂ ਗੁਪਤ ਗੱਲਾਂ ਕਢਵਾਉਂਦੇ ਹੁੰਦੇ ਆ, ਤਾਂ ਤਜਰਬੇਕਾਰ ਬੰਦਾ ਤਾਂ ਸਮਝ ਜਾਂਦਾ ਵੀ ਇਹ ਮੈਨੂੰ ਧੋਖਾ ਦੇਊਗਾ, ਇਹ ਸਮਾਂ ਪਾਸ ਕਰਨ ਵਾਲਾ ਬੰਦਾ ਹੀ ਆ। ਇਸ ਕਰਕੇ ਦੂਜਿਆਂ ਦੇ ਤਜਰਬੇ ਤੋਂ ਵੀ ਸਿੱਖ ਲਿਆ ਕਰੋ ਵੀ ਇਹਨੇ ਦੂਜੇ ਨੂੰ ਧੋਖਾ ਦਿੱਤਾ ਅਤੇ ਮੈਨੂੰ ਕਿਵੇਂ ਨਾ ਦਊਗਾ, ਤਾਂ ਇਹਨਾਂ ਤੋਂ ਵੀ ਬਚੋ ਜਿਹੜੇ ਤੁਹਾਨੂੰ ਧੋਖਾ ਦਿੰਦੇ ਆ। ਅਤੇ ਇੱਕ ਗੱਲ ਮੈਂ ਇੱਥੇ ਹੋਰ ਕਹੂੰਗਾ, ਜ਼ਿੰਦਗੀ 'ਚ 100 ਵਾਰੀ ਧੋਖਾ ਖਾ ਲਿਓ, ਪਰ ਇੱਕ ਵਾਰੀ ਕਿਸੇ ਨੂੰ ਧੋਖਾ ਦਿਓ ਨਾ ਭੁੱਲ ਕੇ ਵੀ। ਧੋਖਾ ਖਾਣਾ ਕੋਈ ਪਾਪ ਨਹੀਂ, ਧੋਖਾ ਦੇਣਾ ਜ਼ਰੂਰ ਪਾਪ ਹੁੰਦਾ। ਅੱਗੇ ਹੁਣ ਸੱਤਵੀਂ ਕਿਸਮ ਦੇ ਲੋਕ ਜਿਹੜੇ ਨਸ਼ਾ ਕਰਦੇ ਆ, ਨਸ਼ੇੜੀ ਆ। ਨਸ਼ਾ ਕਿਸੇ ਤਰ੍ਹਾਂ ਦਾ ਵੀ ਆ, ਮਾੜਾ ਹੀ ਆ। ਜੇ ਤੁਸੀਂ ਅੱਜ ਜਾ ਕੇ ਬਹਿ ਗਏ ਹੋ ਕੋਈ ਸ਼ਰਾਬ ਪੀਂਦਾ, ਉਹਨੇ ਕਹਿਣਾ ਤੂੰ ਵੀ ਘੁੱਟ ਲਾਲਾ, ਇਸ ਤਰ੍ਹਾਂ ਦੇ ਸ਼ਬਦ ਵਰਤੂਗਾ। ਤੁਸੀਂ ਵੇਖੀ ਜਾਓਗੇ, ਔਗਣ ਬਾਹਲੀ ਛੇਤੀ ਬੰਦਾ ਦੂਜਿਆਂ ਦੇ ਗ੍ਰਹਿਣ ਕਰਦਾ ਵਾ, ਗੁਣ ਭਾਵੇਂ ਕਰੇ ਚਾਹੇ ਨਾ। ਨਸ਼ੇ ਕਰਨ ਵਾਲਿਆਂ ਤੋਂ ਦੂਰ ਰਹਿਣਾ। ਕਬੀਰ ਸਾਕਤ ਸੰਗ ਨਾ ਕੀਜੀਏ, ਦੂਰੇ ਜਾਈਏ ਭਾਗ, ਬਾਸਨ ਕਾਰੂ ਪਰਸੀਏ, ਤੌ ਕਛ ਲਾਗੇ ਦਾਗ। ਤਾਂ ਇਹ ਜਿਹੜੇ ਆ ਨਾ, ਇਹੋ ਜਿਹੇ ਸਾਕਤ ਬੰਦੇ ਭਗਤ ਕਬੀਰ ਜੀ ਕਹਿੰਦੇ, ਇਹਨਾਂ ਤੋਂ ਦੂਰੀ ਬਣਾ ਕੇ ਰੱਖਣੀ ਆ। ਨਸ਼ੇੜੀਆਂ ਦਾ ਸੰਗ ਨਹੀਂ ਕਰਨਾ ਜੀ, ਕਿਉਂਕਿ ਇੱਕ ਵਾਰੀ ਤੁਸੀਂ ਨਸ਼ੇ 'ਤੇ ਲੱਗ ਗਏ ਤਾਂ ਬਹੁਤ ਔਖਾ ਹੋ ਜਾਏਗਾ ਨਸ਼ੇ ਨੂੰ ਛੱਡਣਾ। ਅੱਗੇ ਅੱਠਵੀਂ ਕਿਸਮ ਦੇ ਲੋਕ ਜਿਹੜੇ ਹਮੇਸ਼ਾ ਹੀ ਦੁਖੀ ਰਹਿੰਦੇ ਆ। ਦੁਨੀਆਂ ਵਿੱਚ ਹਰ ਬੰਦਾ ਹੀ ਦੁਖੀ ਆ, ਕੋਈ ਸਰੀਰ ਕਰਕੇ, ਕੋਈ ਮਨ ਕਰਕੇ, ਕੋਈ ਚਿੱਤ ਕਰਕੇ ਉਦਾਸ ਆ। ਅਮੀਰ ਵੀ ਇੱਥੇ ਦੁਖੀ ਆ, ਗਰੀਬ ਨੇ ਤਾਂ ਦੁਖੀ ਹੋਣਾ ਹੀ ਆ। ਇੱਥੇ ਜਿਹੜਾ ਸੋਹਣਾ ਵਾ ਉਹ ਵੀ ਦੁਖੀ ਆ, ਕਰੂਪ ਨੇ ਤਾਂ ਦੁਖੀ ਹੋਣਾ ਹੀ ਆ। ਗੁਰਮੁਖ ਪਿਆਰਿਓ, ਕੁਝ ਲੋਕ ਹੁੰਦੇ ਆ ਹਮੇਸ਼ਾ ਹੀ ਦੁਖੀ ਦੁਖੀ ਰਹਿੰਦੇ ਆ। ਤੁਸੀਂ ਉਹਨਾਂ ਨੂੰ ਫੋਨ ਵੀ ਲਾਉਂਦੇ ਹੋ, ਹਮੇਸ਼ਾ ਉਹਦੇ ਦੁੱਖਾਂ ਦੀ ਗੱਲ ਕਰਦੇ ਆ। ਚਲੋ ਦੁੱਖ ਸੁੱਖ ਤਾਂ ਸਾਂਝੇ ਕਰਨੇ ਹੀ ਹੁੰਦੇ ਆ, ਕਦੇ ਵੀ ਭਾਵ ਕਿ ਉਹ ਖੁਸ਼ੀ ਵਾਲੀ ਗੱਲ ਕਰਦੇ ਹੀ ਨਹੀਂ ਹੈਗੇ। ਇਹਦਾ ਮਤਲਬ ਕਿ ਤੁਸੀਂ ਤਾਂ ਉਹਨਾਂ ਲਈ ਉਹ ਲੋਕ ਹੋ ਜਿਹੜੇ ਕਿ ਸਿਰਫ ਉਹਨਾਂ ਦੇ ਦੁੱਖ ਸੁਣਨ ਆਏ ਆ। ਇਸ ਕਰਕੇ ਤਾਂ ਉਹ ਹਮੇਸ਼ਾ ਢੈਂਦੀ ਕਲਾ ਵਾਲੀ ਗੱਲ ਕਰਦੇ ਆ, ਉਹਦਾ ਅਸਰ ਤੁਹਾਡੇ 'ਤੇ ਪੈਣਾ ਸ਼ੁਰੂ ਹੋ ਜਾਂਦਾ। ਇਹਨਾਂ ਤੋਂ ਵੀ ਦੂਰੀ ਬਣਾ ਕੇ ਰੱਖਣੀ ਆ। ਅੱਗੇ ਹੁਣ ਨੌਵੀਂ ਕਿਸਮ ਦੇ ਲੋਕ ਜਿਹੜੇ ਆ, ਉਹ ਹੈਗੇ ਆ ਈਰਖਾ ਜਿਹੜੇ ਕਰਦੇ ਆ, ਈਰਖਾਲੂ ਕਿਸਮ ਦੇ। ਜਿਹੜੇ ਅਸੀਂ ਕੋਈ ਚੀਜ਼ ਲੈ ਲਈ, ਅਸੀਂ ਨਵੀਂ ਗੱਡੀ ਲਿਆਂਦੀ, ਅਸੀਂ ਨਵਾਂ ਸਾਈਕਲ ਲਿਆਂਦਾ, ਨਵਾਂ ਮਕਾਨ ਬਣਾ ਲਿਆ, ਰਹਿੰਦੇ ਸਾਡੇ ਨਾਲ ਆ, ਈਰਖਾ ਕਰੀ ਜਾਂਦੇ ਆ। ਰਹਿਣਾ ਸਾਡੇ ਨਾਲ ਹੀ ਹੁੰਦਾ, ਈਰਖਾ ਵੀ ਕਰੀ ਜਾਣੀ ਆ। ਇਹਨਾਂ ਤੋਂ ਜਿੰਨਾ ਦੂਰ ਹੋ ਜਾਓਗੇ ਨਾ, ਉਨਾ ਸੌਖੇ ਰਹੋਗੇ, ਜ਼ਿੰਦਗੀ ਸੋਹਣੀ ਬਣ ਜੂ। ਅੱਗੇ ਦਸਵੀਂ ਤਰ੍ਹਾਂ ਦੇ ਲੋਕ ਜਿਹੜੇ ਮੂਰਖ ਹੁੰਦੇ ਆ। ਮੂਰਖ ਨੂੰ ਇਹ ਨਹੀਂ ਪਤਾ ਹੁੰਦਾ ਵੀ ਕਿੱਥੇ ਕੀ ਬੋਲਣਾ। ਤੁਸੀਂ ਉਹਨੂੰ ਕਿਤੇ ਆਪਦੀ ਰਿਸ਼ਤੇਦਾਰੀ 'ਚ ਲੈ ਜਾਓ, ਉਹ ਉਹੋ ਜਿਹੀ ਗੱਲ ਮੂੰਹ ਦੇ ਵਿੱਚੋਂ ਕੱਢ ਦੇਵੇ ਅਤੇ ਤੁਹਾਡੀ ਬੇਇੱਜ਼ਤੀ ਕਰਵਾ ਦੇਵੇ। ਮੂਰਖ ਹੈ ਨਾਲ ਨਾ ਲੁੱਝੀਏ, ਮੂਰਖ ਨਾਲ ਬੈਸਣਾ ਵੀ ਨਹੀਂ ਚਾਹੀਦਾ, ਮੂਰਖ ਨਾਲ ਦੋਸਤੀ ਕਰਨੀ ਤਾਂ ਦੂਰ ਦੀ ਗੱਲ। ਮਹਾਰਾਜ ਕਹਿੰਦੇ ਵੀ ਜਿੱਥੇ ਮੂਰਖ ਖੜ੍ਹਾ ਦੂਜੇ ਪਾਸੇ ਨੂੰ ਮੂੰਹ ਕਰਕੇ ਲੰਘ ਜਾਓ।
ਇਹ ਚੀਜ਼ ਚੇਤੇ ਰੱਖਣੀ ਆ, ਮੂਰਖਾਂ ਨਾਲ ਦੋਸਤੀ ਕਦੇ ਰਾਸ ਨਹੀਂ ਆਉਂਦੀ ਹੁੰਦੀ। ਅੱਗੇ 11ਵੀਂ ਕਿਸਮ ਦੇ ਲੋਕ ਹਮੇਸ਼ਾ ਗਲਤ ਸੋਚਣ ਵਾਲੇ, ਜਿਨ੍ਹਾਂ ਦੀ ਸੋਚ ਹੀ ਨਕਾਰਾਤਮਕ ਬਣੀ ਹੋਈ ਆ, ਸਕਾਰਾਤਮਕ ਜਿਹੜੇ ਸੋਚ ਹੀ ਨਹੀਂ ਸਕਦੇ, ਭਾਵ ਕਿ ਕੋਈ ਵੀ ਚੀਜ਼ ਸ਼ੁਰੂ ਕਰਨ ਲੱਗੇ ਪਹਿਲਾਂ ਹੀ ਕਹਿਣ ਵੀ ਘਾਟਾ ਨਾ ਪੈ ਜੇ, ਇਉਂ ਨਾ ਹੋ ਜੇ, ਆਹ ਨਾ ਹੋ ਜੇ। ਇਸ ਤਰ੍ਹਾਂ ਦੇ ਲੋਕ ਵੀ ਹੁੰਦੇ ਆ ਵੀ ਤੁਸੀਂ ਕੋਈ ਚੰਗਾ ਕਰਨ ਲੱਗੇ ਹੋ, ਤੁਸੀਂ ਦੱਸਤਾ ਕਿ ਮੈਂ ਨਵਾਂ ਵਪਾਰ ਸ਼ੁਰੂ ਕਰਨਾ, ਕਹਿਣਗੇ ਇਹਦੇ ਵਿੱਚ ਤਾਂ ਪਹਿਲਾਂ ਹੀ ਕੰਪੀਟੀਸ਼ਨ ਬਹੁਤ ਆ, ਤੂੰ ਨਾ ਕਰ, ਡਰਾ ਦਿੰਦੇ ਆ। ਇਸ ਤਰ੍ਹਾਂ ਹਮੇਸ਼ਾ ਗਲਤ ਸੋਚਣ ਵਾਲੇ ਵੀ ਤੁਸੀਂ ਕਿਤੇ ਕਾਮਯਾਬ ਨਾ ਹੋ ਜਾਓ, ਇਹਨਾਂ ਤੋਂ ਭਾਈ ਦੂਰੀ ਬਣਾ ਕੇ ਰੱਖਣੀ ਆ। ਅਤੇ ਤੁਸੀਂ ਕਿਤੇ ਜਾ ਰਹੇ ਹੋ ਰਸਤੇ ਵਿੱਚ ਇਸਤਰੀਆਂ ਵੱਲ ਵੇਖ ਕੇ ਗਲਤ ਵਿਚਾਰ ਰੱਖਣ ਵਾਲੇ ਲੋਕ ਵੀ ਕਹਿਣ, ਦੇਖੋ ਜੀ ਉਹ ਕਿਸ ਤਰ੍ਹਾਂ ਦੀਆਂ ਬੀਬੀਆਂ ਜਾ ਰਹੀਆਂ, ਉਹਨਾਂ ਬਾਰੇ ਭੱਦੀ ਸ਼ਬਦਾਵਲੀ ਵਰਤਣ ਵਾਲੇ, ਗਲਤ ਸੋਚ ਰੱਖਣ ਵਾਲੇ, ਇਹਨਾਂ ਦੇ ਨਾਲ ਦੋਸਤੀ ਨਹੀਂ ਕਰਨੀ ਆਪਾਂ, ਇਹਨਾਂ ਤੋਂ ਦੂਰ ਰਹਿਣਾ, ਚੇਤੇ ਰੱਖਿਓ ਇਹ ਗੱਲ। ਅਗਲੇ 12ਵੀਂ ਕਿਸਮ ਦੇ ਲੋਕ, ਇਹਨਾਂ ਬਾਰੇ ਬਾਣੀ ਵਾਰ ਵਾਰ ਕਹਿੰਦੀ ਆ, ਨਾਨਕ ਮਨਮੁੱਖਾਂ ਨਾਲੋਂ ਟੁੱਟੀ ਭਲੀ ਜਿਨ ਮਾਇਆ ਮੋਹ ਪਿਆਰ। ਜਿਹੜੇ ਮਨਮੁੱਖ ਹੁੰਦੇ ਆ, ਜਿਨ੍ਹਾਂ ਦਾ ਮੁੱਖ ਗੁਰੂ ਵੱਲ ਨਹੀਂ ਮਨ ਦੇ ਵੱਲ ਹੁੰਦਾ, ਮਨ ਨੇ ਕਹਿਤਾ ਅੱਜ ਆਹ ਖਾਣਾ ਉਹੀ ਕਰ ਲਿਆ, ਮਨ ਨੇ ਕਹਿਤਾ ਅੱਜ ਆਹ ਪਹਿਨਣਾ ਉਹੀ ਕਰ ਲਿਆ, ਮਨ ਨੇ ਕਹਿ ਦਿੱਤਾ ਵੀ ਲੋਕ ਜਿਹੜੇ ਆ ਆਪਦੇ ਪਿੰਡੇ ਉੱਪਰ ਸਰੀਰ ਉੱਪਰ ਟੈਟੂ ਬਣਾਉਂਦੇ ਆ, ਤੂੰ ਵੀ ਬਣਾ ਲਾ, ਬਣਾ ਲਿਆ। ਮਨ ਨੇ ਕਿਹਾ ਵੀ ਦਾੜੀ ਵਿੱਚ ਛੱਲੇ ਪਵਾ ਲਾ, ਲੋਕ ਵੀ ਪਵਾਈ ਜਾਂਦੇ ਆ, ਚਲੋ ਬਈ ਛੱਲੇ ਪਵਾ ਲਿਆਓ। ਇਸ ਤਰ੍ਹਾਂ ਦੇ ਜਿਹੜੇ ਲੋਕ ਆ ਵੀ ਕੋਈ ਰਹਿਤ ਮਰਿਆਦਾ ਦੀ ਗੱਲ ਨਹੀਂ, ਜੋ ਮਨ ਕਹਿੰਦਾ ਉਹੀ ਕਰਨਾ, ਇਹਨਾਂ ਤੋਂ ਬਚ ਕੇ ਰਹਿਣਾ ਤੁਸੀਂ। ਇਹ ਨਾ ਤਾਂ ਤੁਹਾਨੂੰ ਇਹਨਾਂ ਨੇ ਮਰਿਆਦਾ ਸਿਖਾਉਣੀ ਆ, ਨਾ ਇਹਨਾਂ ਨੇ ਜ਼ਿੰਦਗੀ ਦਾ ਆਚਰਣ, ਨਾ ਨੈਤਿਕਤਾ, ਦੂਰੀ ਬਣਾ ਕੇ ਰੱਖੋ ਇਹਨਾਂ ਤੋਂ ਜਿੰਨਾ ਹੋ ਸਕਦਾ, ਇਹ ਵੀ ਜ਼ਹਿਰੀਲੇ ਹੁੰਦੇ ਆ। ਮੈਂ ਨਹੀਂ ਕਹਿ ਰਿਹਾ, ਸਤਿਗੁਰ ਕਹਿੰਦੇ ਇਹਨਾਂ ਨਾਲੋਂ ਟੁੱਟੀ ਭਲੀ, ਨਾਨਕ ਮਨਮੁੱਖਾਂ ਨਾਲੋਂ ਟੁੱਟੀ ਭਲੀ ਜਿਨ ਮਾਇਆ ਮੋਹ ਪਿਆਰ। ਇਹਨਾਂ ਦਾ ਪਿਆਰ ਰੱਬ ਨਾਲ ਥੋੜ੍ਹੀ ਹੁੰਦਾ, ਚੀਜ਼ਾਂ ਨਾਲ ਪਿਆਰ ਹੁੰਦਾ ਇਹਨਾਂ ਦਾ, ਇਹਨਾਂ ਤੋਂ ਦੂਰ ਰਹਿਣਾ ਹਮੇਸ਼ਾ ਤੁਸੀਂ। ਅੱਗੇ ਹੁਣ 13ਵੀਂ ਕਿਸਮ ਦੇ ਲੋਕ, ਮੈਂ ਇੱਥੇ ਕਹਿ ਰਿਹਾ ਉਹ ਕੋਈ ਇਸਤਰੀ ਵੀ ਹੋ ਸਕਦੀ ਹੈ, ਕੋਈ ਮਰਦ ਵੀ, ਜਿਨ੍ਹਾਂ ਦਾ ਚਰਿੱਤਰ ਡਿੱਗਿਆ ਹੋਵੇ, ਇਖਲਾਕ ਤੋਂ ਡਿੱਗੇ ਹੋਣ, ਚਰਿੱਤਰਹੀਨ ਕੋਈ ਔਰਤ ਹੋਵੇ, ਕੋਈ ਵੀ ਬੰਦਾ ਹੋਵੇ, ਉਹਦੇ ਨਾਲ ਤੁਸੀਂ ਦੋਸਤੀ ਨਹੀਂ ਲਾਉਣੀ, ਮਿੱਤਰਤਾ ਨਹੀਂ ਬਣਾਉਣੀ, ਕਿਉਂਕਿ ਇਹਨਾਂ ਦੇ ਨਾਲ ਲਾਈ ਹੋਈ ਦੋਸਤੀ ਤੁਹਾਡੇ ਚਰਿੱਤਰ ਨੂੰ ਵੀ ਮੈਲਾ ਕਰ ਸਕਦੀ ਆ। ਇਹ ਚੀਜ਼ ਇਉਂ ਆ ਨਾ ਵੀ ਕੋਈ ਵੀ ਇਸਤਰੀ ਉਦੋਂ ਤੱਕ ਚਰਿੱਤਰਹੀਣ ਨਹੀਂ ਹੋ ਸਕਦੀ ਜਦੋਂ ਤੱਕ ਕੋਈ ਮਰਦ ਨਹੀਂ ਹੁੰਦਾ। ਗੱਲ ਚੇਤੇ ਰੱਖਿਓ ਵੀ ਚਰਿੱਤਰਹੀਣ ਔਰਤ ਉਦੋਂ ਹੀ ਬਣਦੀ ਆ ਜਦੋਂ ਕਿ ਮਰਦ ਹੋਵੇ। ਤਾਂ ਇਹੋ ਜਿਹੀਆਂ ਔਰਤਾਂ ਜੋ ਇਖਲਾਕ ਤੋਂ ਡਿੱਗੀਆਂ ਨੇ, ਇਹਨਾਂ ਦਾ ਸੰਗ ਭੁੱਲ ਕੇ ਵੀ ਨਹੀਂ ਕਰਨਾ। ਮਹਾਰਾਜ ਨੇ ਕਿਹਾ ਹੋਇਆ ਨਾ ਰਹਿਤ ਮਰਿਆਦਾ ਵਿੱਚ, ਪਰ ਇਸਤਰੀ ਦਾ ਸੰਗ ਨਹੀਂ ਕਰਨਾ ਜੀ, ਭੁੱਲ ਕੇ ਵੀ ਨਹੀਂ ਕਰਨਾ, ਚੇਤੇ ਰੱਖਣੀ ਹੈ ਗੱਲ। 13ਵੀਂ ਕਿਸਮ ਦੇ ਲੋਕ ਇਹੀ ਆ, ਉਹ ਦੁਸ਼ਟ ਚਰਿੱਤਰਹੀਣ ਔਰਤਾਂ ਜੋ ਬੰਦਿਆਂ ਦਾ ਧਰਮ ਵਿਗਾੜ ਦਿੰਦੀਆਂ, ਗੁਰੂ ਨਾਲੋਂ ਦੂਰ ਕਰ ਦਿੰਦੀਆਂ, ਇਹਨਾਂ ਤੋਂ ਦੂਰੀ ਬਣਾ ਕੇ ਰੱਖੋ ਜੀ, ਇਹ ਬਹੁਤ ਜ਼ਹਿਰੀਲੀਆਂ ਹੁੰਦੀਆਂ ਨੇ। ਜਿਨ ਕੋ ਹਾਰ ਸਮਝਾ ਥਾ ਗਲਾ ਹਮਾਰਾ ਸਜਾਨੇ ਕੋ, ਵੋ ਕਾਲੇ ਨਾਗ ਬਨ ਬੈਠੇ ਮੇਰੇ ਹੀ ਕਾਟ ਖਾਣੇ ਕੋ। ਇਸ ਤਰ੍ਹਾਂ ਬਾਅਦ ਵਿੱਚ ਪਛਤਾਉਣ ਨਾਲੋਂ ਬਿਹਤਰ ਇਹ ਆ ਵੀ ਪਹਿਲਾਂ ਹੀ ਸਮਝ ਲਓ ਵੀ ਚਰਿੱਤਰ ਡਿੱਗਿਆ ਅਤੇ ਸਭ ਕੁਝ ਡਿੱਗ ਗਿਆ। ਅੱਗੇ 14ਵੀਂ ਕਿਸਮ ਦੇ ਲੋਕ, ਜਿਹੜੇ ਕਿ ਘਮੰਡੀ ਹੁੰਦੇ ਆ, ਹੰਕਾਰੀ ਹੁੰਦੇ ਆ, ਹੋਮੈ ਹੁੰਦੀ ਜਿਨ੍ਹਾਂ ਵਿੱਚ ਬਹੁਤ ਜ਼ਿਆਦਾ, ਇਹ ਭਾਈ ਇਸ ਤਰ੍ਹਾਂ ਵੀ ਨਿੱਕੀ ਨਿੱਕੀ ਗੱਲ 'ਤੇ ਤੁਹਾਨੂੰ ਛੋਟਾ ਦਿਖਾਉਣਗੇ, ਆਹ ਵੱਡੇ ਬਣਨਗੇ, ਹੋਮੈ ਵਿੱਚ ਹੀ ਸਾਰੀ ਚੀਜ਼ ਕਰਨਗੇ, ਸਾਡੇ ਕੋਲ ਆਹ ਵਾ, ਆਹ ਮੈਂ ਚੀਜ਼ ਇਸ ਤਰ੍ਹਾਂ ਲਈ ਆ, ਅਤੇ ਫਿਰ ਆਪਦੀ ਹੋਮੈ ਵਿੱਚ ਹੀ ਤੁਰੇ ਫਿਰਨਾ। ਇਹਨਾਂ ਤੋਂ ਦੂਰ ਬਣਾ ਕੇ, ਜਿੰਨਾ ਤੁਸੀਂ ਦੂਰੀ ਬਣਾ ਕੇ ਰੱਖੋਗੇ ਚੰਗੇ ਰਹੋਗੇ, ਕਿਉਂਕਿ ਬਹੁਤੀ ਦੁਨੀਆ ਹੋਮੈ ਵਿੱਚ ਹੀ ਤੁਰੀ ਫਿਰਦੀ ਆ, ਹੋਮੈ ਵਿੱਚ ਸਭ ਕਾਰ ਕਮਾਹੇ। ਸਤਿਗੁਰੂ ਦੀ ਬਾਣੀ ਵੀ ਕਹਿੰਦੀ ਆ ਵੀ ਹੋਮੈ ਵਿੱਚ ਲੋਕ ਤੁਰੇ ਫਿਰਦੇ ਆ,
ਇਹਨਾਂ ਦੇ ਅੰਦਰ ਇੱਕ ਹਉਮੈ ਦਾ ਗੰਦਾ ਤੁਪਕਾ, ਭਾਈ ਨੰਦ ਲਾਲ ਜੀ ਵੀ ਕਹਿੰਦੇ ਆ, ਇਨਸਾਨ ਜਿਹੜਾ ਵਾ ਗੁਰੂ ਤੋਂ ਬਿਨਾਂ ਡੁੱਬ ਜਾਂਦਾ ਹਉਮੈ ਕਰਕੇ, ਅਤੇ ਜਿੱਥੇ ਹੰਕਾਰ ਆ ਉੱਥੇ ਗੁਰੂ ਨਾਲ ਮੇਲ ਹੋ ਹੀ ਨਹੀਂ ਸਕਦਾ। ਤਾਂ ਸਾਡੇ ਗੁਰੂ ਜੀ ਨੇ ਕਿਹਾ ਵੀ ਹਰ ਜੀਉ ਹੰਕਾਰ ਨਾ ਭਾਵੇ, ਹੰਕਾਰੀ ਬੰਦੇ ਤੋਂ ਦੂਰੀ ਬਣਾ ਕੇ ਰੱਖੋ। ਅੱਗੇ ਹੁਣ 15ਵੀਂ ਜਿਹੜੀ ਕਿਸਮ ਦੇ ਲੋਕ ਆ ਉਹ ਆ ਲਾਲਚੀ। ਅੱਜ ਕੱਲ੍ਹ ਲੋਕ ਜਿਹੜੇ ਆ, ਮਹਿੰਗਾਈ ਬਹੁਤ ਹੋਈ ਜਾਂਦੀ ਆ, ਹਰ ਬੰਦੇ ਨੂੰ ਆਪਦੇ ਢਿੱਡ ਦੀ ਫਿਕਰ ਆ, ਉਹ ਕਈ ਵਾਰ ਇਵੇਂ ਹੁੰਦਾ ਵੀ ਲਾਲਚ ਇੰਨਾ ਕਰ ਜਾਂਦਾ, ਆਪਣਿਆਂ ਨੂੰ ਠੱਗ ਜਾਂਦਾ। ਲੋਭੀ ਕਾ ਵਿਸਾਹ ਨਾ ਕੀਜੇ, ਮਹਾਰਾਜ ਕਹਿੰਦੇ ਲੋਭੀ ਬੰਦੇ ਦਾ, ਲਾਲਚੀ ਬੰਦੇ ਦਾ ਵਿਸਾਹ ਨਹੀਂ ਕਰਨਾ ਚਾਹੀਦਾ ਕਦੇ। ਹੁਣੇ ਕੀ ਪਤਾ ਤੁਹਾਨੂੰ ਕਿੱਥੇ ਧੋਖਾ ਦੇ ਦੇਣਾ, ਕੀ ਪਤਾ ਉਹ ਇਹੋ ਜਿਹੀ ਜਗ੍ਹਾ ਧੋਖਾ ਦੇ ਜੇ ਅੰਤ ਕਾਲ ਤਿੱਥੇ ਤੋਂ ਹੈ ਜਿੱਥੇ ਹੱਥ ਨਾ ਪਾਏ, ਜਿੱਥੇ ਤੁਸੀਂ ਹੱਥ ਮਲਦੇ ਹੀ ਰਹਿ ਜਾਓ, ਖੜ੍ਹੇ ਦੇਖਦੇ ਹੀ ਰਹਿ ਜਾਓ ਵੀ ਆਹ ਕੀ ਹੋ ਗਿਆ। ਲੋਭੀ ਦਾ ਵਿਸਾਹ ਨਹੀਂ ਕਰਨਾ, ਇਹ ਕਦੇ ਵੀ ਨਹੀਂ ਕਰਨਾ ਜੀ। ਅੱਗੇ 16ਵੀਂ ਕਿਸਮ ਦੇ ਲੋਕ ਜਿਹੜੇ ਆ ਵਿਪਰੀਤ ਸੁਭਾਅ ਦੇ, ਜਿਹੜੇ ਤੁਹਾਡੇ ਤੋਂ ਬਿਲਕੁਲ ਉਲਟ ਸੁਭਾਅ ਦੇ ਆ। ਹੁਣ ਮੰਨ ਲਓ ਤੁਸੀਂ ਗੁਰਦੁਆਰਾ ਸਾਹਿਬ ਜਾਣ ਵਾਲੇ ਹੋ, ਉਹ ਠੇਕੇ ਜਾਣ ਵਾਲਾ ਵਾ, ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹੋ, ਉਹ ਹੋਰ ਦੇਵੀ ਦੇਵਤਿਆਂ ਨੂੰ ਮੰਨਦਾ ਜਾਂ ਹੋਰ ਚੀਜ਼ਾਂ ਨੂੰ ਮੰਨਦਾ, ਉਹ ਪੱਥਰਾਂ ਨੂੰ ਪੂਜਦਾ, ਤਾਂ ਇੱਥੇ ਵਿਪਰੀਤ ਸੁਭਾਅ ਦੇ ਵਿੱਚ ਦੋਸਤੀ ਨਹੀਂ ਹੁੰਦੀ ਹੁੰਦੀ ਕਦੇ ਵੀ। ਇਹ ਗੱਲ ਮੇਰੀ ਚੇਤੇ ਰੱਖਿਓ, ਦੋਸਤੀ ਉੱਥੇ ਹੁੰਦੀ ਆ ਜਿੱਥੇ ਤੁਹਾਡਾ ਐਸਟੈਕ ਹੋਵੇ, ਵਿਪਰੀਤ ਸੁਭਾਅ ਦੇ ਵਿੱਚ ਦੋਸਤੀ ਨਹੀਂ ਹੁੰਦੀ ਹੁੰਦੀ। ਇਸ ਕਰਕੇ ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਉਹਦਾ ਸੁਭਾਅ ਤੁਹਾਡੇ ਨਾਲ ਨਹੀਂ ਮਿਲਦਾ, ਪਿੱਛੇ ਹਟ ਜਾਓ। ਮੈਂ ਕਹਿ ਰਿਹਾ ਮਾੜਾ ਬੋਲਣ ਦੀ ਲੋੜ ਨਹੀਂ, ਮੈਂ ਵਾਰ ਵਾਰ ਕਿਉਂ ਕਹਿ ਰਿਹਾ, ਇਹ ਨਾ ਹੋਵੇ ਤੁਸੀਂ ਉਹਨੂੰ ਗਾਲਾਂ ਕੱਢਣ ਲੱਗ ਜਾਓ। ਨਹੀਂ ਭਾਈ, ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕਰਨਾ ਹੈ। ਅੱਗੇ 17ਵੀਂ ਕਿਸਮ ਦੇ ਲੋਕ ਬੇਸ਼ਰਮ ਲੋਕ, ਇਹ ਅੱਜ ਕੱਲ੍ਹ ਬਹੁਤ ਮਿਲਦੇ ਆ, ਇਹੋ ਜਿਹੇ ਜਿਨ੍ਹਾਂ ਨੇ ਸ਼ਰਮ ਹੀ ਉਤਾਰ ਦਿੱਤੀ ਹੈ ਜੀ, ਜਿਨ੍ਹਾਂ ਦੇ ਕੋਲ ਕੋਈ ਗੁਰੂ ਦੀ ਮਰਿਆਦਾ ਨਹੀਂ, ਕੱਪੜੇ ਪਹਿਨਣ ਦਾ ਕੋਈ ਸਲੀਕਾ ਨਹੀਂ। ਇਸ ਕਰਕੇ ਉਹ ਭੈਣਾਂ ਜਿਹੜੀਆਂ ਉਹ ਭੈਣਾਂ ਨਾਲ ਰਹਿੰਦੀਆਂ, ਜਿਨ੍ਹਾਂ ਦੇ ਸਿਰ 'ਤੇ ਚੁੰਨੀ ਨਹੀਂ ਹੈਗੀ, ਉਹ ਵੀ ਉਹਨਾਂ ਵਰਗੀਆਂ ਹੋ ਜਾਣਗੀਆਂ। ਇਹ ਚੀਜ਼ਾਂ ਨਾ ਤੁਸੀਂ, ਤੁਹਾਨੂੰ ਗਾਂਹ ਜਾ ਕੇ ਪਤਾ ਲੱਗਣੀਆਂ ਵੀ ਸਾਡੇ ਨਾਲ ਹੋ ਕੀ ਗਿਆ। ਇਹਨਾਂ ਲੋਕਾਂ ਤੋਂ ਦੂਰ ਰਹੋ, ਬੇਸ਼ਰਮ ਲੋਕ ਜਿਹੜੇ ਹੁੰਦੇ ਆ ਇਹਨਾਂ ਦੀ ਰੂਹ 'ਤੇ ਜ਼ਖਮ ਨਹੀਂ ਹੁੰਦੇ ਕਦੇ ਵੀ, ਇਹਨਾਂ ਦੀ ਰੂਹ ਜ਼ਖਮੀ ਨਹੀਂ ਹੁੰਦੀ, ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕੀ ਚੰਗਾ ਕੀ ਮਾੜਾ, ਇਹਨਾਂ ਨੇ ਤਾਂ ਬਸ ਆਪਦਾ ਕੰਮ ਕਰ ਦੇਣਾ। ਇਸ ਕਰਕੇ ਇਹਨਾਂ ਤੋਂ ਦੂਰੀ ਬਣਾ ਕੇ ਰੱਖੋ। ਅੱਗੇ 18ਵੀਂ ਕਿਸਮ ਦੇ ਲੋਕ, ਜਦੋਂ ਸਾਨੂੰ ਕਿਸੇ ਦੀ ਮਦਦ ਦੀ ਜ਼ਰੂਰਤ ਪੈਂਦੀ ਆ, ਅਸੀਂ ਆਵਾਜ਼ ਮਾਰਦੇ ਹਾਂ ਆਉਂਦੇ ਹੀ ਨਹੀਂ। ਇਸ ਕਰਕੇ ਤਾਂ ਇਹਨਾਂ ਤੋਂ ਆਪਾਂ ਕਰਾਉਣਾ ਕੀ ਆ ਫਿਰ, ਭਾਵ ਕਿ ਤੁਹਾਨੂੰ ਅੱਜ ਲੋੜ ਆ, ਮੰਨ ਲਓ ਉਹ ਹਾਜ਼ਰ ਹੀ ਨਹੀਂ ਹੋ ਰਹੇ, ਫਿਰ ਆਪਾਂ ਕਹਿੰਦੇ ਮੇਰੇ ਮਿੱਤਰ ਆ, ਕਾਹਦੇ ਮਿੱਤਰ ਆ, ਇਹਨਾਂ ਤੋਂ ਆਪੇ ਹੀ ਪਿੱਛੇ ਹਟ ਜਾਓ। ਇਹਨਾਂ ਤੋਂ ਜਿੰਨਾ ਜਲਦੀ ਪਿੱਛੇ ਹਟ ਜਾਓਗੇ ਓਨਾ ਹੀ ਚੰਗਾ ਹੋਵੇਗਾ ਜੀ, ਕਿਉਂਕਿ ਇਹਨਾਂ ਨੇ ਕਿਹੜਾ ਤੁਹਾਡੇ ਕੋਈ ਕੰਮ ਆਉਣਾ। ਹੁਣ ਅੱਜ ਆਪਾਂ ਨੂੰ ਜ਼ਰੂਰਤ ਆ, ਵੈਸੇ ਆਪਣੇ ਨਾਲ ਰਹਿੰਦੇ ਆ ਸਾਰਾ ਦਿਨ, ਜਦੋਂ ਲੋੜ ਪੈਂਦੀ ਆਪਾਂ ਫੋਨ ਕਰਦੇ ਹਾਂ ਵੀ ਆ ਜਾ ਮੇਰੀ ਮਿੱਤਰ ਮਦਦ ਕਰਦੇ, ਆਉਂਦੇ ਹੀ ਨਹੀਂ ਹੈਗੇ। ਜੇ ਨਹੀਂ ਆਉਣਾ ਮਦਦ ਪੈਣ 'ਤੇ, ਲੋੜ ਪੈਣ 'ਤੇ, ਫਿਰ ਆਪਾਂ ਕਰਾਉਣਾ ਕੀ ਆ ਜੀ। ਇਸ ਕਰਕੇ ਆਪੇ ਇਹਨਾਂ ਤੋਂ ਪਿੱਛੇ ਹਟ ਜਾਵੋ। ਅੱਗੇ ਹੁਣ 19ਵੀਂ ਕਿਸਮ ਦੇ ਉਹ ਲੋਕ ਜਿਹੜੇ ਵਿਖਾਵਾ ਕਰਦੇ ਆ, ਜਿਵੇਂ ਮਹਾਰਾਜ ਨੇ ਆਖਿਆ ਦਿਖਾਵੇ ਦੇ ਸਿੱਖ ਨਹੀਂ ਬਣਨਾ, ਭਾਵ ਕਿ ਕਰਨਾ ਥੋੜ੍ਹਾ ਜਿਤਾਉਣਾ ਵਾਲਾ, ਕਹਿਣਾ ਜੀ ਮੈਂ ਹੀ ਸਿੱਖ ਹਾਂ, ਬਾਕੀ ਕੀੜੇ ਮਕੌੜੇ ਤੁਰੇ ਫਿਰਦੇ ਆ। ਵਿਖਾਵੇ ਵਾਲਿਆਂ ਨੂੰ ਤਾਂ ਮਹਾਰਾਜ ਬਿਲਕੁਲ ਕਬੂਲ ਨਹੀਂ ਕਰਦੇ। ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ, ਜਿਹੜੇ ਕਹਿੰਦੇ ਮੈਂ ਭਲਾ ਬੰਦਾ, ਮੈਂ ਚੰਗਾ ਬੰਦਾ, ਆਪਦੇ ਆਪ ਨੂੰ ਚੰਗਾ ਕਹੀ ਜਾਂਦੇ ਆ, ਦਿਖਾਵਾ ਕਰੀ ਜਾਂਦੇ, ਆਹ ਚੀਜ਼ ਲਿਆਂਦੀ ਦੇਖੋ ਜੀ, ਮੈਂ ਨਵਾਂ ਫੋਨ ਲਿਆਂਦਾ ਦੇਖੋ ਜੀ, ਮੈਂ ਨਵੀਂ ਗੱਡੀ ਲਿਆਂਦੀ ਦੇਖੋ ਜੀ। ਅਤੇ ਕਈ ਵਾਰ ਲੋਕ ਜਿਹੜੇ ਆ ਉਂਗਲਾਂ 'ਚ ਛਾਪਾਂ ਪਾ ਲੈਂਦੇ ਆ, ਦਿਖਾਈ ਜਾਂਦੇ ਆ, ਸੋਨੇ ਦੀ ਜਿਹੜੀ ਆ ਪ੍ਰਦਰਸ਼ਨੀ ਕਰੀ ਜਾਂਦੇ ਆ,
ਇਸ ਤਰ੍ਹਾਂ ਇਹ ਵਿਖਾਵੇ ਵਿੱਚ ਜਿਹੜੇ ਲੋਕ ਫਸੇ ਹੋਏ ਆ ਉਹਨਾਂ ਨੂੰ ਆਪਾਂ ਦੋਸਤ ਨਹੀਂ ਬਣਾਉਣਾ। ਸਾਡੀ ਤਾਂ ਜ਼ਿੰਦਗੀ ਇੱਕ ਵਾਰੀ ਮਿਲਦੀ ਹੁੰਦੀ ਆ, ਵਾਰ ਵਾਰ ਨਹੀਂ ਮਿਲਦੀ। ਮਾਨਸ ਦੇਹੀ ਮਾਨਸ ਦੇਹੀ, ਆਪਾਂ ਇਹਨਾਂ ਪਿੱਛੇ ਗਵਾਉਣੀ ਥੋੜ੍ਹੀ ਆ। ਅੱਗੇ ਹੁਣ ਅਖੀਰਲੇ 20ਵੀਂ ਕਿਸਮ ਦੇ ਲੋਕ ਇਹ ਫੁਕਰੇ ਹੁੰਦੇ ਆ ਥੋੜ੍ਹੇ। ਫੁਕਰੇ ਤੋਂ ਭਾਵ ਸ਼ਬਦ ਹੋ ਸਕਦਾ ਤੁਹਾਨੂੰ ਇਹ ਇਸ ਤਰ੍ਹਾਂ ਲੱਗੇ ਵੀ ਇਹ ਕੀ ਕਹਿ ਦਿੱਤਾ। ਗੁਰਮੁਖ ਪਿਆਰਿਓ, ਕੁਝ ਲੋਕਾਂ ਨੂੰ ਆਦਤ ਪੈ ਜਾਂਦੀ ਆ ਕਿ ਉਹ ਵਧਾ ਚੜ੍ਹਾ ਕੇ ਗੱਲਾਂ ਦੱਸਦੇ ਆ, ਫੜਾਂ ਮਾਰਨ ਵਾਲੇ ਲੋਕ। ਸਿੱਧੇ ਸ਼ਬਦਾਂ ਵਿੱਚ ਮੈਂ ਕਹੂੰਗਾ ਵੀ ਜਿਹੜੇ ਫੜਾਂ ਮਾਰਦੇ ਆ, ਗੱਲ ਗੱਲ 'ਤੇ ਫੜਾਂ ਮਾਰਦੇ ਆ, ਪਰ ਉਹਨਾਂ ਦੇ ਕਰਮ ਬੜੇ ਨੀਵੇਂ ਹੁੰਦੇ ਆ ਜੀ, ਇਹਨਾਂ ਤੋਂ ਵੀ ਦੂਰੀ ਬਣਾ ਕੇ ਰੱਖਣੀ ਆ। ਤਾਂ ਇਹ 20 ਕਿਸਮ ਦੇ ਲੋਕ ਸੀਗੇ, ਤੁਹਾਡੇ ਆਸੇ ਪਾਸੇ ਹੀ ਰਹਿੰਦੇ ਆ। ਤੁਸੀਂ ਵੇਖਣਾ ਵੀ ਉਹ ਕੌਣ ਨੇ, ਤੁਸੀਂ ਚੁਣਨਾ, ਉਹਨਾਂ ਦੀ ਲਿਸਟ ਬਣਾਉਣੀ ਆ, ਬਾਅਦ ਵਿੱਚ ਇੱਕ ਇੱਕ ਕਰਕੇ ਉਹਨਾਂ ਨੂੰ ਘਟਾ ਦੇਣਾ। ਜੇ ਤੁਹਾਨੂੰ ਨਹੀਂ ਕੋਈ ਲੱਗਦਾ ਵੀ ਨਹੀਂ ਮੇਰਾ ਮਿੱਤਰ ਕੋਈ ਯੋਗ, ਮੈਂ ਤਾਂ ਕਹੂੰਗਾ ਬੁਰੀ ਸੰਗਤ ਨਾਲੋਂ ਇਕੱਲਾ ਹੀ ਚੰਗਾ। ਇਹਦੇ ਨਾਲ ਤਾਂ ਚੰਗੀਆਂ ਕਿਤਾਬਾਂ ਪੜ੍ਹ ਲਓ ਗੁਰਮੁਖ ਪਿਆਰਿਓ, ਉਹ ਤੁਹਾਡਾ ਸਾਥ ਦੇਣਗੀਆਂ, ਕਮ ਸੇ ਕਮ ਧੋਖਾ ਤਾਂ ਨਹੀਂ ਨਾ ਕਰਨਗੀਆਂ ਤੁਹਾਡੇ ਨਾਲ। ਤਾਂ ਇਹਨਾਂ ਦਾ ਸਾਥ ਆਪਾਂ ਕੀ ਕਰਨਾ, ਜਿਹੜੇ ਜ਼ਰੂਰਤ ਪੈਣ 'ਤੇ ਮੌਜੂਦ ਹੀ ਨਹੀਂ ਹੁੰਦੇ। ਬੇਸ਼ਰਮ ਲੋਕ ਆ, ਵਿਖਾਵਾ ਕਰਦੇ ਆ, ਫੜਾਂ ਮਾਰਦੇ ਆ, ਲਾਲਚੀ ਆ, ਚਰਿੱਤਰਹੀਣ ਆ, ਘਮੰਡੀ ਆ, ਕੀ ਕਰਾਉਣਾ ਆਪਾਂ ਇਹਨਾਂ ਤੋਂ। ਸਤਿਗੁਰੂ ਮਹਾਰਾਜ ਜੀ ਰਹਿਮਤ ਕਰਨ, ਗੁਰੂ ਸਾਹਿਬ ਜੀ ਵੀ ਇਹਨਾਂ ਨਾਲੋਂ ਨਾਤਾ ਤੋੜਨ ਲਈ ਕਹਿੰਦੇ ਆ, ਨਾਨਕ ਮਨਮੁੱਖਾਂ ਨਾਲੋਂ ਟੁੱਟੀ ਭਲੀ, ਮਨਮੁੱਖ ਬੰਦਿਆਂ ਨਾਲੋਂ ਟੁੱਟੀ ਹੀ ਭਲੀ ਹੁੰਦੀ ਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਨ। ਆਓ ਜੀ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰੀਏ, ਸਾਨੂੰ ਵੀ ਸਮਝ ਆਵੇ ਮਹਾਰਾਜ ਵੀ ਦੋਸਤੀ ਕਿਹਦੇ ਨਾਲ ਕਰਨੀ ਆ, ਕਿਸ ਤਰ੍ਹਾਂ ਮਹਾਰਾਜ ਜੀ ਇਹ ਸੰਸਾਰ ਦੇ ਵਿੱਚ ਵਿਚਰਨਾ ਹੈ, ਸਾਨੂੰ ਵੀ ਸਮਝ ਪਵੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰਨਗੇ। ਆਓ ਜੀ ਗੁਰੂ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਹੀ ਭਲਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।